ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ। ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਅਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਅਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ। ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ। ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਅਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਅਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ। ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ। ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਅਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਅਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ। ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ। ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਅਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਅਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ। ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ।
ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਆ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ। ਉਹਦੇ 'ਚ ਅਸੀਂ ਡੀਓ ਸਾਹਿਬ ਨਾਲ ਗੱਲ ਕੀਤੀ ਹੈ, ਉਹਨਾਂ ਨੇ ਉਹਨਾਂ ਨੂੰ ਐਕਸਟੈਂਸ਼ਨ ਦਿੱਤੀ ਹੈ ਹੁਣ 31 ਮਾਰਚ ਤੱਕ ਦੀ, ਤਾਂ ਕਿ ਆਪਣੇ ਡਾਕੂਮੈਂਟ ਜਮ੍ਹਾਂ ਕਰਾ ਲੈਣ। ਡੀਓ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਪਹਿਲਾਂ ਕਾਫੀ ਵਾਰਨਿੰਗਸ ਦਿੱਤੀਆਂ ਸੀਗੀਆਂ ਸਕੂਲਸ ਨੂੰ, ਤੇ 5-6 ਨੋਟਿਸਸ ਵੀ ਦਿੱਤੇ ਨੇ, ਫਿਰ ਵੀ ਉਹਨਾਂ ਨੇ ਆਪਣੇ ਕਾਗਜ਼ ਪੱਤਰ ਪੂਰੇ ਨਹੀਂ ਕੀਤੇ, ਤਾਂ ਹੁਣ ਉਹਨਾਂ ਨੇ ਐਕਸਟੈਂਸ਼ਨ ਦਿੱਤੀ ਹੈ ਉਹਨਾਂ ਨੂੰ 31 ਮਾਰਚ ਤੱਕ ਦੀ, ਸਕੂਲਸ ਜਿਹੜੇ ਨੇ ਆਪਣੇ ਜਿਹੜੇ ਬਣਦੇ ਡਾਕੂਮੈਂਟ ਨੇ ਉਹਨਾਂ ਨੂੰ ਦੇ ਦੇਣ, ਤਾਂ ਕਿ ਅਗਲੀ ਕਾਰਵਾਈ ਜਿਹੜੀ ਹੈ ਹੋ ਸਕੇ। ਆਈ ਥਿੰਕ ਉਹਨਾਂ ਨੇ ਬਿਲਡਿੰਗ ਸੇਫਟੀ ਜਿਹੜੇ ਨੋਰਮਸ ਨੇ ਉਹਦਾ ਸਰਟੀਫਿਕੇਟ ਸਕੂਲਾਂ ਵੱਲੋਂ ਫਰਨਿਸ਼ ਕੀਤਾ ਜਾਣਾ ਹੁੰਦਾ ਐਨੂਅਲ ਉਸ ਦੇ ਵਿੱਚ, ਤੇ ਇਹ ਪਿਛਲੇ ਸਾਲ ਦਾ ਹੈਗਾ, ਹੁਣ 31 ਮਾਰਚ ਤੱਕ ਤਾਂ ਉਹਨਾਂ ਦਾ ਖਤਮ ਹੋ ਜਾਏਗਾ ਸੈਸ਼ਨ, ਇਸ ਕਰਕੇ 31 ਮਾਰਚ ਤੋਂ ਪਹਿਲਾਂ ਪਹਿਲਾਂ ਉਹ ਦੇਣੇ ਜ਼ਰੂਰੀ ਨੇ। ਉਹ ਫਿਰ ਜੋ ਰੂਲਸ ਦੇ ਮੁਤਾਬਿਕ ਹੋਏਗੀ ਉਸ ਤਰੀਕੇ ਦੀ ਕਾਰਵਾਈ ਹੋਏਗੀ।